ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਆਲੇ-ਦੁਆਲੇ ਜੋ ਕੁਝ ਵਾਪਰ ਰਿਹਾ ਹੈ ਜਿਹੜੀਆਂ ਵੀ ਖਬਰਾਂ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਵਿਚਾਰਦੇ ਹੋ ਉਹਨਾਂ ਦੇ ਪਿੱਛੇ ਕਿਹੜੀ ਸੱਚਾਈ ਲੁਕੀ ਹੋਈ ਹੈ ਉਹਨੂੰ ਤੁਹਾਡੇ ਸਾਹਮਣੇ ਅਸੀਂ ਉਜਾਗਰ ਕਰਦੇ ਆ ਮੈਂ ਹਰੀਮਾ ਤੇ ਅੱਜ ਇਸ ਕੰਮ ਦੇ ਲਈ ਵਿਚਾਰ ਚਰਚਾ ਦੇ ਲਈ ਸਾਡੇ ਸਟੂਡੀਓ 'ਚ ਪੁੱਜੇ ਨੇ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਅਰੁਂਦੀਪ ਜੀ ਅਰੁਂਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਹਰੀਮਾ ਜੀ ਅੱਜ ਆਪਾਂ ਪਹਿਲੀ ਖਬਰ ਦੀ ਗੱਲ ਕਰਦੇ ਆ ਤਾਂ ਚੀਨ ਦੇ ਵਿਚਕਾਰ ਜੋ ਭਾਰਤ ਦਾ ਤਣਾਅ ਚੱਲ ਰਿਹਾ ਹੈ ਭਾਰਤ ਤੇ ਚੀਨ ਦੇ ਇਸ ਤਣਾਅ ਦੇ ਚੱਲਦਿਆਂ ਚੀਨ ਹੌਲੀ-ਹੌਲੀ ਨਰਮ ਪੈਂਦਾ ਨਜ਼ਰ ਆ ਰਿਹਾ ਹੈ ਕੱਲ ਦੂਜੇ ਦਿਨ ਲਗਾਤਾਰ ਹੌਟਸਪ੍ਰਿੰਗਸ ਤੇ ਗੋਗਰਾ ਇਲਾਕੇ ਦੇ ਵਿੱਚ ਚੀਨ ਨੇ ਆਪਣੀਆਂ ਸੈਨਾ ਨੂੰ ਪਿੱਛੇ ਖਿੱਚਿਆ ਪਰ ਭਾਰਤੀ ਸੈਨਾ ਹਾਲੇ ਵੀ ਏhtਿਆਤ ਵਰਤ ਰਹੀ ਹੈ ਕਿਵੇਂ ਵੇਖਦੇ ਉਹਨੂੰ ਜੀ ਬਿਲਕੁਲ ਆ ਐਨਐਸਏ ਪੱਧਰ ਤੇ ਜਿਹੜੀ ਗੱਲਬਾਤ ਹੋਈ ਆ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਚੀਨ ਦੇ ਜਿਹੜੇ ਐਨਐਸਏ ਨੇ ਉਹਨਾਂ ਦੇ ਦਰਮIAN ਜਿਹੜੀ ਦੋ ਦਿਨ ਪਹਿਲਾਂ ਗੱਲਬਾਤ ਹੋਈ ਉਹ ਉਸ ਤੋਂ ਉਸ ਗੱਲਬਾਤ ਦਾ ਅਸਰ ਮੰਨਿਆ ਜਾ ਰਿਹਾ ਕਿ ਚੀਨ ਆਪਣੀਆਂ ਫੌਜਾਂ ਨੂੰ ਪਿੱਛੇ ਖਿੱਚਣ ਦੇ ਲਈ ਰਾਜ਼ੀ ਹੋਇਆ ਤੇ ਉਹਦੇ ਵਿੱਚ ਚੀਨ ਨੇ ਪਹਿਲਾਂ ਆਪਣੇ ਕੁਝ ਇੱਕ ਪੈਟਰੋਲਿੰਗ ਪੁਆਇੰਟਸ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਕੀਤਾ ਉਹਨਾਂ ਦਾ ਵਾਪਸੀ ਤੈਅ ਕੀਤੀ ਤੇ ਹੁਣ ਜਿਹੜਾ ਗੁਜਰਾਤ ਤੇ ਦੂਸਰੇ ਇਲਾਕੇ ਉਹਨਾਂ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਇਆ ਜੀ ਜੀ ਨਾਲ ਦੀ ਨਾਲ ਉਹਦੇ ਵਿੱਚ ਜਿਹੜਾ ਇੱਕ ਇਹਦੇ ਵਿੱਚ ਹੱਲੇ ਜਿਹੜੀ ਚੱਲ ਰਹੀ ਗੱਲਬਾਤ ਹੈ ਕਿ ਆ ਬਾਕੀ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਜਾਂ ਜਿਹੜੇ ਵਿਵਾਦ ਵਾਲੇ ਹੋਰ ਖਿੱਤੇ ਨੇ ਉਹਨਾਂ ਦੇ ਵਿੱਚ ਕਿਵੇਂ ਉੱਥੋਂ ਫੌਜਾਂ ਦੀ ਵਾਪਸੀ ਤੈਅ ਹੋਊਗੀ ਇਹਨੂੰ ਲੈ ਕੇ ਹੱਲੇ ਵੀ ਰੀਡ ਕੇ ਚੱਲ ਰਹੇ ਨੇ ਉਹਨੂੰ ਹੱਲੇ ਲੈ ਕੇ ਕੁਝ ਸਪਸ਼ਟਤਾ ਨਹੀਂ ਆ ਆ ਜਿੱਥੇ ਆ ਆ ਭਾਰਤ ਤੇ ਚੀਨ ਦੀਆਂ ਫੌਜਾਂ ਦੇ ਦਰਮਿਆਨ ਹਿੰਸਕ ਝੜਪ ਹੋਈ ਸੀ ਉਸ ਪੁਆਇੰਟ ਤੋਂ ਜ਼ਰੂਰ ਫਿਲਹਾਲ ਦੋਨੇ ਪਾਸੇ 3-3 ਕਿਲੋਮੀਟਰ ਦੇ ਲਗਭਗ ਦੋਨੇ ਫੌਜਾਂ ਜਿਹੜੀਆਂ ਨੇ ਭਾਰਤ ਦੀਆਂ ਵੀ ਤੇ ਚੀਨ ਦੀਆਂ ਵੀ ਅ ਪਿੱਛੇ ਚਲੀਆਂ ਗਈਆਂ ਨੇ ਤੇ ਇੱਕ ਬਫਰ ਜ਼ੋਨ ਬਣ ਗਿਆ ਹੈ ਦੋਨਾਂ ਦੇ ਦਰਮਿਆਨ ਜੀ ਜਿਹੜੇ ਪੁਆਇੰਟਾਂ ਤੇ ਹਾਲੇ ਸਹਿਮਤੀ ਨਹੀਂ ਬਣੀ ਆ ਉਹਨਾਂ ਤੇ ਜਿਹੜੀ ਕੋਰ ਕਮਾਂਡਰ ਪੱਧਰ ਤੇ ਗੱਲਬਾਤ ਹੋਣੀ ਆ ਉਹਦੇ ਵਿੱਚ ਕੋਈ ਫੈਸਲਾ ਤੈਅ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਆ ਜੀ ਪਰ ਇਹਦੇ باوجود ਭਾਰਤ ਹਾਲੇ ਪੂਰੀ ਤਰ੍ਹਾਂ ਚੌਕਸ ਹੈਗਾ ਆ ਭਾਰਤ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਪਿਛਲੀ ਵਾਰ ਜਦੋਂ ਭਾਰਤ ਨੇ ਚੀਨ ਤੇ ਭਰੋਸਾ ਕੀਤਾ ਸੀਗਾ ਕਮਾਂਡਰ ਪਦਰ ਦੀ ਗੱਲਬਾਤ ਚੱਲ ਰਹੀ ਸੀ ਇਹਦੇ باوجود ਚੀਨੀ ਫੌਜੀਆਂ ਨੇ ਭਾਰਤੀ ਫੌਜੀਆਂ ਤੇ ਹਮਲਾ ਕਰਕੇ ਸਾਡੇ 20 ਫੌਜੀਆਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਤੇ ਇਸ ਲਈ ਭਾਰਤ ਨੇ ਕੱਲ ਰਾਤ ਨੂੰ ਰਾਤ ਵੇਲੇ ਜਿਹੜੇ ਹਵਾਈ ਫੌਜ ਦਾ ਅਭਿਆਸ ਕਰਕੇ ਦੇਖਿਆ ਐਨ ਬਿਲਕੁਲ ਅਗਾਊ ਚੌਕੀਆਂ ਦੇ ਲਾਗੇ ਜਾ ਕੇ ਜਿਹਦੇ ਚ ਅਪਾਚੇ ਹੈਲੀਕਾਪਟਰ ਚਨਿਊਕ ਹੈਲੀਕਾਪਟਰ ਮਿਗ 29 ਨੇ ਭਾਗ ਲਿਆ ਤੇ ਰਾਤ ਵੇਲੇ ਇਹ ਜਿਹੜੀ ਜਿਹੜੀ ਮਸ਼ਕ ਆ ਇਹਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਵੀ ਕਿਸੇ ਵੀ ਪ੍ਰਸਥਿਤੀ ਦੇ ਲਈ ਲਰਨਰ ਦੇ ਲਈ ਭਾਰਤੀ ਫੌਜਾਂ ਤਨਾਤ ਨੇ ਜੀ ਦੂਜੇ ਪਾਸੇ ਅਮਰੀਕਾ ਨੇ ਇਹ ਗੱਲ ਸਿੱਧੇ ਸਿੱਧੇ ਰੂਪ ਦੇ ਵਿੱਚ ਕਹੀ ਹੈ ਵੀ ਜੇ ਕਿਸੇ ਵੀ ਤਰ੍ਹਾਂ ਭਾਰਤ ਤੇ ਚੀਨ ਦੇ ਵਿੱਚ ਕੋਈ ਲੜਾਈ ਦੀ ਸੰਭਾਵਨਾ ਬਣਦੀ ਆ ਤਾਂ ਉਹ ਭਾਰਤ ਦਾ ਸਾਥ ਦੇਊਗਾ ਤੇ ਉਹਨੇ ਏਸ਼ੀਆ ਪ੍ਰਸ਼ਾਂਤ ਖਿੱਤੇ ਦੇ ਵਿੱਚ ਚੀਨੀ ਸਾਗਰ ਦੇ ਵਿੱਚ ਆਪਣੇ ਦੋ ਜੰਗੀ ਜਹਾਜ਼ਾਂ ਨੂੰ ਜਾਂ 에ਅਰਕ੍ਰਾਫਟ ਕੈਰੀਅਰਸ ਨੂੰ ਤੈਨਾਤ ਕਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਚੀਨ ਦੀ ਜਿਹੜੀ ਹੈ ਇਸ ਖਿੱਤੇ ਦੇ ਵਿੱਚ ਦਾਦਾਗਰੀਆ ਉਹ ਕਿਸੇ ਵੀ ਸੂਰਤੇ ਹਾਲ ਨਹੀਂ ਚੱਲੀ ਜਾਊਗੀ ਕਿਉਂਕਿ ਚੀਨ ਦਾ ਨਾ ਸਿਰਫ ਭਾਰਤ ਤਾਈਵਾਨ ਵੀਅਤਨਾਮ ਜਾਂ ਹੋਰ ਮੁਲਕਾਂ ਦੇ ਨਾਲ ਵੀ ਸਿਰਾ ਦਿਵਿਵਾਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲ ਰਿਹਾ ਹੈ ਸੋ ਇਸ ਸੂਰਤੇ ਹਾਲ ਚੀਨ ਦੀ ਜਿਹੜੀ ਸੁਪਰਮੇਸੀ ਆ ਉਹਨੂੰ ਕੱਟ ਕਰਨ ਦੇ ਲਈ ਜਾਂ ਉਹਨੂੰ ਇੱਕ ਚਰੌਤੀ ਦੇਣ ਦੇ ਲਈ ਅਮਰੀਕਾ ਨੇ ਹਰ ਹਰ ਵਾਰ ਵਰਤਨਾ ਸ਼ੁਰੂ ਕਰ ਦਿੱਤਾ ਆ ਤੇ ਇਸੇ ਲਈ ਉਹਦਾ ਇਹ ਮਨਸ਼ਾ ਆ ਕਿ ਉਹ ਭਾਰਤ ਨੂੰ ਇਸ ਮਸਲੇ ਤੇ ਸਪੋਰਟ ਕਰੇ ਤੇ ਭਾਰਤ ਵੀ ਹੁਣ ਪੂਰੀ ਤਰ੍ਹਾਂ ਹਾਲਾਂਕਿ ਨੁਕਤਾ ਇਹ ਹੈ ਪਹਿਲੇ ਇਹ ਹੈ ਵੀ ਗਲਵਤ ਦੇ ਪੱਧਰ ਤੇ ਹੀ ਸਾਰੇ ਮਸਲਾ ਹੱਲ ਹੋ ਜਵੇ ਪਰ ਦੂਜੇ ਪਾਸੇ ਜੇ ਨਹੀਂ ਕੋਈ ਮਸਲਾ ਹੱਲ ਹੁੰਦਾ ਤੇ ਭਾਰਤ ਆ ਹਰ ਹਰ ਬਰਤਨ ਦੇ ਲਈ ਤਿਆਰ ਆ ਜੀ ਬਿਲਕੁਲ ਜੀ ਰੁਕ ਕਰਦੇ ਹਾਂ ਅਗਲੀ ਖਬਰ ਦੀਵਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੂਰਾ ਵਿਸ਼ਵ ਇਸ ਵੇਲੇ ਅਦ੍ਰਿਸ਼ ਦੁਸ਼ਮਣ ਯਾਨੀ ਕਿ ਕਰੋਨਾ ਦੇ ਨਾਲ ਜੂਝ ਰਿਹਾ ਹੈ ਜੇ ਗੱਲ ਕਰੀਏ ਆંકੜਿਆਂ ਦੀ ਤਾਂ ਵਿਸ਼ਵ ਭਰ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 1 ਕਰੋੜ 17 ਲੱਖ ਤੋਂ ਪਾਰ ਹੋ ਚੁੱਕੀ ਹੈ ਪਾਰ ਦੀ ਗੱਲ ਕਰੀਏ ਤੇ ਪਾਰ ਦੇ ਵਿੱਚ ਵੀ ਇਹ ਆંકੜਾ 7 ਲੱਖ ਤੋਂ ਪਾਰ ਹੋ ਚੁੱਕਾ ਹੈ ਆંકੜੇ ਦਿਨ-ਬਦਿਨ ਵਧ ਰਹੇ ਨੇ ਲekin ਚੰਗੀ ਗੱਲ ਇਹ ਹੈ ਕਿ ਸਿਹਤ ਯਾਬ ਹੋਣ ਵਾਲੇ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਪੰਜਾਬ ਵੱਲ ਰੁੱਕ ਕਰੀਏ ਤੇ ਪੰਜਾਬ ਦੇ ਵਿੱਚ ਵੀ 6000 ਤੋਂ ਵੱਧ ਮਾਮਲੇ ਆ ਚੁੱਕੇ ਨੇ ਲੁਧਿਆਣਾ ਦੇ ਜਿਹੜੇ ਏਡੀਸੀ ਨੇ ਔਰ ਐਸ ਡੀ ਐਮ ਨੇ ਉਹਨਾਂ ਸਮੇਤ ਲੁਧਿਆਣੇ 'ਚ 192 ਲੋਕ ਕਰੋਨਾ ਪੋਜ਼ਿਟਿਵ ਨੇ ਕਿਵੇਂ ਵੇਖਦੇ ਹੋ ਸਾਰੇ ਵਰਤਾਰੇ ਨੂੰ ਜੀ ਬਿਲਕੁਲ ਜਿਵੇਂ ਤੁਸੀਂ ਕਰੋਨਾ ਦੀ ਦੁਨੀਆ ਪੱਧਰ ਦਾ ਇੱਕ ਆંકੜਾ ਦਿੱਤਾ 1 ਕਰੋੜ 17 ਲੱਖ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਨੇ ਤੇ ਭਾਰਤ ਦੇ ਵਿੱਚ ਇਹ ਅੰਕੜਾ 7 ਲੱਖ ਟੱਪ ਚੁੱਕਾ ਤੇ ਪੰਜਾਬ ਦੇ ਵਿੱਚ 6800 ਦੇ ਲਗਭਗ ਇਹ ਅੰਕੜਾ ਪਹੁੰਚ ਚੁੱਕਾ ਆ ਤੇ ਹਾਲਾਤ ਜਿਹੜੇ ਨੇ ਦਿਨ ਪ੍ਰਤੀ ਦਿਨ ਡਰਾਉਣ ਵਾਲੇ ਬਣ ਰਹੇ ਨੇ ਇਹਦੇ باوجود ਸਰਕਾਰਾਂ ਜਿਹੜੀਆਂ ਨੇ ਹੁਣ ਲਾਕਡਾਊਨ ਦੀ ਸਥਿਤੀ ਦੇ ਵਿੱਚ ਨਹੀਂ ਜਾਣਾ ਚਾਹੁੰਦੀਆਂ ਨੇ ਤੇ ਚਾਹੇ ਉਹ ਅਮਰੀਕਾ ਚਾਹੇ ਉਹ ਭਾਰਤ ਹੈ ਤੇ ਚਾਹੇ ਦੁਨੀਆ ਦੇ ਬਾਕੀ ਮੁਲਕ ਨੇ ਕਿਉਂਕਿ ਇਹਦੇ ਨਾਲ ਵੱਡੇ ਪੱਧਰ ਤੇ ਆਰਥਿਕ ਗਰੋਥ ਜਿਹੜੀ ਆ ਅਰਥਚਾਰਾ ਜਿਹੜਾ ਹੈ ਉਹ ਪ੍ਰਭਾਵਿਤ ਹੋ ਰਿਹਾ ਆ ਹੁਣ ਇਹ ਸਾਰੇ ਦੇ ਮੱਦੇ ਨਜ਼ਰ ਸਾਡੇ ਸੂਬੇ ਪੰਜਾਬ ਦੇ ਵਿੱਚ ਵੀ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਜਿਵੇਂ ਦਿੱਲੀ ਯਾ ਮੁੰਬਈ ਜਾਂ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਦੇ ਵਿੱਚ ਹਾਲਾਤ ਕਾਫੀ ਖਰਾਬ ਨੇ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸੋ ਪੰਜਾਬ ਦੇ ਵਿੱਚ ਵੀ ਇਹ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹਰ ਰੋਜ਼ 100 150 200 ਦੇ ਲਗਭਗ ਮਰੀਜ਼ ਸਾਹਮਣੇ ਆ ਰਹੇ ਨੇ ਤੇ 2 3 4 ਮੌਤਾਂ ਲਗਾਤਾਰ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੱਲ ਏਡੀਸੀ ਪ੍ਰਭਾਵਿਤ ਹੋ ਗਏ ਨੇ ਕਰੋਨਾ ਤੋਂ ਐਸਜੀਐਮ ਪ੍ਰਭਾਵਿਤ ਹੋ ਗਏ ਨੇ ਨਵਾਂ ਸ਼ਹਿਰ ਦੇ ਵਿੱਚ ਬਲਾਚੌਰ ਦੇ ਐਸਜੀਐਮ ਜਿਹੜੇ ਉਹ ਪ੍ਰਭਾਵਿਤ ਹੋ ਗਏ ਨੇ ਸੋ ਬਹੁਤ ਸਾਰੇ ਆਫੀਸ਼ੀਅਲਸ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਇਸ ਤੋਂ ਬਾਅਦ ਪੰਜਾਬ ਡੀਸੀ ਲੁਧਿਆਣਾ ਵਿਰਿੰਦਰ ਸ਼ਰਮਾ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਆ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਤੇ ਹੋਰ ਆਫੀਸ਼ੀਅਲਸ ਨੇ ਵੀ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਜੀ ਹੁਣ ਇਹਦੇ ਵਿੱਚ ਨੁਕਤਾ ਇਹ ਆ ਵੀ ਜੇ ਸਰਕਾਰੀ ਤੰਤਰ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਨੇ ਸੇਤ ਸੇਵਾਵਾਂ ਨੂੰ ਸੁਚਾਰੂ ਬਣਾਉਣਾ ਜਿਨ੍ਹਾਂ ਨੇ ਆ ਪ੍ਰਸ਼ਾਸਨ ਚਲਾਉਣਾ ਜੀ ਜਿਨ੍ਹਾਂ ਨੇ ਹੁਕਮਾਂ ਦੀ ਤਾਮੀਲ ਕਰਾਉਣੀਆਂ ਜਿਨ੍ਹਾਂ ਨੇ ਇਸ ਸਾਰੇ ਕਾਸੇ ਤੇ ਨਜ਼ਰਸਾਨੀ ਰੱਖਣੀ ਆ ਜੇ ਉਹੀ ਇਸ ਇਹ ਦਾ ਸ਼ਿਕਾਰ ਹੋਣ ਲੱਗ ਪਏ ਤਾਂ ਆਮ ਲੋਕਾਂ ਦਾ ਕੀ ਬਣੂਗਾ ਸੋ احتیاط ਤਾਂ ਵਰਤੀ ਜਾ ਰਹੀ ਆ ਹੁਣ احتیاط ਜੇ ਸਰਕਾਰੀ ਪਦਰ ਤੇ ਅਧਿਕਾਰੀ ਵਰਤਨ ਦੇ باوجود ਇਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ ਤੇ ਆਮ ਲੋਕ ਜਿਹੜੇ احتیاط ਰੱਖ ਹੀ ਨਹੀਂ ਰਹੇ ਉਹਨਾਂ ਦਾ ਕੀ ਹਾਲ ਹੋਊਗਾ ਇਹ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਲੋੜ ਜਿਹੜੀ ਆ ਜ਼ਿਆਦਾ ਚੌਕਸ ਹੋਣ ਦੀ ਹੈ ਸੁਚੇਤ ਹੋਣ ਦੀ ਹੈ ਤਾਂ ਕਿ ਸਮੱਸਿਆ ਨੂੰ ਵੱਡੀ ਹੋਣ ਤੋਂ ਬਚਾਇਆ ਜਾ ਬਚਾਇਆ ਜਾ ਸਕੇ ਬਿਲਕੁਲ ਜੀ ਜੇ ਗੱਲ ਕਰੀਏ ਕਰੋਨਾ ਦੀ ਤੇ ਕਰੋਨਾ ਨੇ ਨਾ ਸਿਰਫ ਅਰਥਚਾਰਾ ਬਲਕਿ ਪ੍ਰੀਖਿਆਵਾਂ ਪੜਾਈ ਦੇ ਉੱਪਰ ਵੀ ਪੂਰਾ ਪੂਰਾ ਅਸਰ ਪਾਇਆ ਇਸੇ ਕਰਕੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਯੂਨੀਵਰਸਿਟੀ ਪ੍ਰੀਖਿਆਵਾਂ ਜਿਹੜੀਆਂ ਨੇ ਰੱਦ ਨਹੀਂ ਹੋਣਗੀਆਂ ਲੇਕਿਨ ਜਿਹੜਾ ਸਕੂਲਾਂ ਦਾ ਫੀਸਾਂ ਦਾ ਮਾਮਲਾ ਸੀ ਉਹ ਯੂਨੀਵਰਸਿਟੀ ਲੈਵਲ ਤੱਕ ਵੀ ਪਹੁੰਚ ਚੁੱਕਾ ਹੈ ਔਰ ਯੂਨੀਵਰਸਿਟੀ ਲੈਵਲ ਦੀਆਂ ਫੀਸਾਂ ਦੇ ਮਾਮਲੇ 'ਚ ਪੇਚ ਫਸ ਗਿਆ ਇਹਨੂੰ ਕਿਵੇਂ ਵੇਖਦੇ ਹੋ ਜੀ ਬਿਲਕੁਲ ਰੀਮਾ ਜੀ ਯੂਨੀਵਰਸਿਟੀ ਪ੍ਰੀਖਿਆਵਾਂ ਨੂੰ ਲੈ ਕੇ ਭੰਬਲ ਪੂਸਾ ਸੀਗਾ ਪਹਿਲਾਂ ਸੀਗਾ ਵੀ ਪਹਿਲੀ ਜੁਲਾਈ ਤੋਂ ਹੋਣਗੀਆਂ ਫਿਰ ਸੀਗਾ ਵੀ ਅਗਸਤ 'ਚ ਹੋਣਗੀਆਂ ਫਿਰ ਸਤੰਬਰ 'ਚ ਹੋਣਗੀਆਂ ਫਿਰ ਸੀ ਰੱਦ ਕਰ ਦਿੱਤੀਆਂ ਗਈਆਂ ਜੀ ਜੀ ਤੇ UGC ਨੇ ਹੁਣ ਨਵੀਆਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਨੇ ਨਵੀਆਂ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਯੂਨੀਵਰਸਿਟੀ ਪ੍ਰੀਖਿਆਵਾਂ ਹੋਣਗੀਆਂ ਇਹ ਹੁਣ ਵਿਸ਼ਵ ਵਿਦਿਆਲੇ ਯੂਨੀਵਰਸਟੀਆਂ ਤੈਅ ਕਰਨੀਆਂ ਕਾਲਜ ਤੈਅ ਕਰਨਗੇ ਵੀ ਉਹਨਾਂ ਨੇ ਇਹ ਪ੍ਰੀਖਿਆਵਾਂ ਕਦੋਂ ਲੈਣੀਆਂ ਨੇ ਇਹਨੂੰ ਲੈ ਕੇ ਇੱਕ ਯੂ ਟਰਨ ਹੈਗਾ ਆ ਤੇ ਇਹ ਵਿਦਿਆਰਥੀ ਇਹ ਸਾਰੇ ਕਾਸੇ ਦੇ ਵਿੱਚ ਨੂੰ ਲੈ ਕੇ ਪੂਰੀ ਤਰ੍ਹਾਂ ਪੰਬਲਪੂਸੇ ਦੇ ਵਿੱਚ ਹੈਗੇ ਨੇ UGC ਨੇ ਇਹ ਕਿਹਾ ਵੀ ਜਿਹੜਾ ਫਾਈਨਲ ਈਅਰ ਆ ਉਹਦਾ ਲਾਜ਼ਮੀ ਤੌਰ ਤੇ ਪ੍ਰੀਖਿਆ ਲੈਣੀ ਆ ਬਾਕੀ ਜਿਹੜੇ ਨੇ ਉਹਨਾਂ ਨੂੰ ਇੰਟਰਨਲ ਅਸੈਸਮੈਂਟ ਕਰਨੀ ਹੈ ਜਾਂ ਉਹਨੂੰ ਕਿੱਦਾਂ ਉਹਦੇ ਆਨਲਾਈਨ ਜਾਂ ਆਫਲਾਈਨ ਕਿੱਦਾਂ ਐਗਜ਼ਾਮੀਨੇਸ਼ਨ ਲੈਣਾ ਇਹ ਕਾਲਜਾਂ ਯਾ ਯੂਨੀਵਰਸਿਟੀਆਂ ਤੈਅ ਕਰਨ ਹੁਣ ਇਹ ਗਾਈਡਲਾਈਨਸ ਆ ਗਈਆਂ ਇਹਨੂੰ ਲੈ ਕੇ ਵਿਦਿਆਰਥੀ ਫੇਰ ਇੱਕ ਤਰ੍ਹਾਂ ਨਾਲ ਦੁਚਿੱਤੀ ਚ ਪੈ ਗਏ ਨੇ ਵੀ ਹੁਣ ਕੀ ਕੀਤਾ ਕੀ ਜਾਵੇ ਤੇ ਕਾਲਜੇਸ ਤੇ ਯੂਨੀਵਰਸਟੀਆਂ ਵੀ ਇਹ ਸਾਰੇ ਕਾਸੇ ਨੂੰ ਲੈ ਕੇ ਪਸ਼ੂਪੇਸ਼ ਦੇ ਵਿੱਚ ਹੈਗੀਆਂ ਨੇ ਕਿ ਇਹ ਸਾਰੇ ਕਾਸੇ ਨੂੰ ਆਰਗੇਨਾਈਜ਼ ਕਿਵੇਂ ਕਰਨਾ ਹੈ ਤੇ ਆਫਲਾਈਨ ਜੇ ਕਰਦੇ ਆ ਤੇ ਫਿਰ ਕਰੋਨਾ ਦਾ ਇੱਕ ਦਿੱਕਤ ਹੈਗੀ ਹੈ ਜੇ ਆਨਲਾਈਨ ਕਰਦੇ ਤੇ ਸਾਰੇ ਵਿਦਿਆਰਥੀ ਸਾਧਨ ਸੰਪੰਨ ਨਹੀਂ ਆ ਜਿਨ੍ਹਾਂ ਜਿਹੜੇ ਇਹ ਆਨਲਾਈਨ ਪ੍ਰੀਖਿਆਵਾਂ ਮੈਂ ਦੇ ਸਕਣ ਸੋ ਇਹਨੂੰ ਲੈ ਕੇ ਹਾਲੇ ਵੀ ਖਾਦਸ਼ੇ ਬਰਕਰਾਰ ਨੇ ਕਿ ਕੀ ਹੋਊਗਾ ਕੀ ਜੀ ਤੇ ਸੋ ਵਿਦਿਆਰਥੀਆਂ ਦਾ ਬੰਬਲਪੂਸਾ ਦੂਰ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੂਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਜ਼ਿਆਦਾ ਕਨਫਿਊਜ਼ਨ ਪਿਆ ਸਰਕਾਰ ਦੇ ਪੱਧਰ ਤੇ ਜ਼ਿਆਦਾ ਭੰਬਲਪੂਸਾ ਆਇਆ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਉਹਨੇ ਪ੍ਰੀਖਿਆਵਾਂ ਮੈਂ ਲੈਣੀਆਂ ਆ ਜਾਂ ਨਹੀਂ ਲੈਣੀਆਂ ਜਾਂ ਉਹਦੀ ਇਹਦੇ ਤੇ ਸਿੱਖਿਆ ਨੂੰ ਲੈ ਕੇ ਨੀਤੀ ਕੀ ਹੋਣੀ ਚਾਹੀਦੀ ਹੈ ਅਸਲ ਦੇ ਵਿੱਚ ਤਾਂ ਨੀਤੀਗਤ ਮਸਲਾ ਹੈ ਕਰੋਨਾ ਵੱਲ ਦੇਖਿਆ ਜਾ ਰਿਹਾ ਵੀ ਕਰੋਨਾ ਦਾ ਸੂਰਤੇ ਹਾਲ ਕੀ ਹੋਊਗਾ ਜੇ ਤਾਂ ਮਾਮਲੇ ਲਗਾਤਾਰ ਵਧਦੇ ਰਹਿ ਤਾਂ ਫੇਰ ਤਾਂ ਪ੍ਰੀਖਿਆਵਾਂ ਸ਼ਾਇਦ ਨਹੀਂ ਹੋਣਗੀਆਂ ਤੇ ਜੇ कोरोना ਨੂੰ ਕਿਸੇ ਤਰ੍ਹਾਂ ਕੰਟਰੋਲ ਚ ਕਰ ਲਿਆ ਜਾਂਦਾ ਤੇ ਹੋ ਸਕਦਾ ਵੀ ਪ੍ਰੀਖਿਆਵਾਂ ਆਰਗੇਨਾਈਜ਼ ਕਰ ਲਈਆਂ ਜਾਣ ਸੋ ਇਸ ਸੂਰਤ ਦੇ ਹਾਲ ਮਾਪੇ ਜਿਹੜੇ ਨੇ ਹਰ ਸਥਿਤੀ ਲਈ ਤਿਆਰ ਬੈਠੇ ਨੇ ਕਿ ਵੈਸੇ ਤਾਂ ਉਹਨਾਂ ਦੇ ਲਈ ਜਿਹੜੀ ਉਹਨਾਂ ਦੀ ਟਾਪ ਪ੍ਰਾਇੋਰਟੀ ਉਹਨਾਂ ਦਾ ਜਿਹੜਾ ਸਿਖਰ ਪ੍ਰਾਥਮਿਕਤਾ ਹੈਗੀ ਆ ਉਹ ਇਹੀ ਆ ਕਿ ਪ੍ਰੀਖਿਆਵਾਂ ਨਾ ਹੋਣ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਪ੍ਰੋਮੋਟ ਕਰ ਦਿੱਤਾ ਜਾਵੇ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਕਰੋਨਾ ਦਾ ਫਿਲਹਾਲ ਖੌਫ ਬਹੁਤ ਜ਼ਿਆਦਾ ਆ। ਬਿਲਕੁਲ ਜੀ ਗੱਲ ਕਰੀਏ CBSE ਦੀ ਤਾਂ CBSE ਨੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਦੇ ਵਿੱਚ ਜੋ ਵੀ ਨੁਕਸਾਨ ਹੋ ਰਿਹਾ ਹੈ ਉਹਦੀ ਪਰਪਾਈ ਕਰਦਿਆਂ ਇੱਕ ਫੈਸਲਾ ਲਿਆ ਹੈ ਕਿ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਜਿਹੜੇ ਨੇ ਵਿਦਿਆਰਥੀ ਜਿਹੜੇ ਨੇ ਉਹਨਾਂ ਦਾ ਸਿਲੇਬਸ 30% ਕਟਾਇਆ ਜਾਵੇਗਾ। ਕੀ ਲੱਗਦਾ ਕਿੰਨਾ ਅਸਰ ਪਵੇਗਾ? ਬਿਲਕੁਲ ਇਹ ਜਿਹੜਾ CBSE ਦਾ ਇਹ ਫੈਸਲਾ ਆ। ਮੁੱਖੀ ਵਸਿਲਿਆਂ ਬਾਰੇ ਮੰਤਰਾਲੇ ਨੇ ਜਿਹੜਾ ਦੇ ਮਤਲਬ ਗਾਈਡਲਾਈਨਸ ਤੋਂ ਬਾਅਦ ਜਿਹੜਾ CBSE ਨੇ ਫੈਸਲਾ ਲਿਆ ਇਹਨੂੰ ਬਿਲਕੁਲ ਠੀਕ ਮੰਨਿਆ ਜਾਣਾ ਚਾਹੀਦਾ ਪਰ ਇਹ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਤੇ ਹੀ ਲਾਗੂ ਹੁੰਦਾ ਹੈ ਜਿਨ੍ਹਾਂ ਦੀ ਆਲਮੋਸਟ ਬੋਰਡ ਪ੍ਰੀਖਿਆਵਾਂ ਨੇ ਉਸ ਤੋਂ ਪਹਿਲਾਂ ਵਾਲੀਆਂ ਕਲਾਸਾਂ ਲਈ ਵੀ ਇਹ ਸਿਲੇਬਸ ਨੂੰ ਤੇ ਵਿਚਾਰ ਹੋਣੀ ਚਾਹੀਦੀ ਹੈ ਵੀ ਉਹਨਾਂ ਦਾ ਸਿਲੇਬਸ ਕਿਵੇਂ ਘਟਾਇਆ ਜਾਣਾ ਚਾਹੀਦਾ ਜਾਂ ਉਹਨਾਂ ਦਾ ਸਿੱਖਿਆ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਕਿ ਵਿਦਿਆਰਥੀ ਉਹਨਾਂ ਦੀ ਪੜ੍ਹਾਈ ਜ਼ਿਆਦਾ ਪ੍ਰਭਾਵਿਤ ਹੋ ਰਹੀ ਆ ਉਹ ਬੱਚੇ ਜਿਹੜੇ ਛੋਟੀਆਂ ਜਮਾਤਾਂ ਚ ਨੇ ਉਹ ਕੁਝ ਤੈਅ ਕਰਨ ਦੀ ਹਾਲਤ ਚ ਨਹੀਂ ਹੈਗੇ ਵੀ ਉਹਨਾਂ ਨੂੰ ਕੀ ਪੜ੍ਹਨਾ ਕੀ ਨਹੀਂ ਪੜ੍ਹਨਾ ਸੋ ਉਹਨਾਂ ਦਾ ਵੀ ਆਨਲਾਈਨ ਤੇ ਆਫਲਾਈਨ ਦਾ ਬਹੁਤ ਜ਼ਿਆਦਾ ਦਿੱਕਤ ਚੱਲ ਰਹੀ ਆ ਤੋ CBSE ਨੂੰ ਜਿਵੇਂ ਇਹ ਫੈਸਲਾ ਲਿਆ 9ਵੀਂ ਤੋਂ 12ਵੀਂ ਦਾ 30% ਸਿਲੇਬਸ ਘਟਾ ਦਿੱਤਾ ਹੈ ਸੋ ਚਾਹੀਦਾ ਇਹ ਹੈ ਕਿ ਇਹਨਾਂ ਵਿਦਿਆਰਥੀਆਂ ਦਾ ਵੀ ਸਿਲੇਬਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇ ਕਿ ਇਹ ਘਟਾਇਆ ਜਾਣਾ ਚਾਹੀਦਾ ਜਾਂ ਨਹੀਂ ਕਿ ਘਟਾਇਆ ਜਾਣਾ ਚਾਹੀਦਾ ਤੇ ਇਹਨਾਂ ਦਾ ਪੜਾਈ ਦਾ ਪੱਦਰ ਕਿਵੇਂ ਦਾ ਹੋਊਗਾ ਸੋ ਇਹਨੂੰ ਸਾਰੇ ਨੂੰ ਲੈ ਕੇ ਇੱਕ ਵਾਰੀ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਹੈ ਅਸਲ ਦੇ ਵਿੱਚ ਸਰਕਾਰਾਂ ਸਾਰਾ ਕੁਝ ਕਰੋਨਾ ਦੇ ਮੱਦੇ ਨਜ਼ਰ ਹੀ ਫੈਸਲੇ ਲੈ ਰਹੀਆਂ ਨੇ ਤੇ ਕਰੋਨਾ ਦੀ ਸਥਿਤੀ ਦਿਨ ਪ੍ਰਤੀ ਦਿਨ ਭਿਆਨਕ ਹੁੰਦੀ ਜਾ ਰਹੀ ਹੈ ਸੋ ਕੋਰੋਨਾ ਦੇ ਮੱਦੇਨਜ਼ਰ ਜਿਹੜੇ ਫੈਸਲੇ ਲਏ ਜਾਣੇ ਚਾਹੀਦੇ ਮੈਨੂੰ ਲੱਗਦਾ ਕਿ ਇਹਦੇ ਤੇ ਹੁਣ ਤੋਂ ਹੀ ਰਣਨੀਤੀ ਬਣਾ ਲੈਣੀ ਚਾਹੀਦੀ ਹੈ ਉਹਦੀ ਇੱਕ ਅਸੈਸਮੈਂਟ ਹੋ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਕਿਸੇ ਤਰ੍ਹਾਂ ਕਨਫਿਊਜ਼ਨ ਦਾ ਸ਼ਿਕਾਰ ਨਾ ਹੋਣ ਬਿਲਕੁਲ ਜੀ ਗੱਲ ਕਰੀ ਅੰਤਰਰਾਸ਼ਟਰੀ ਪੱਧਰ ਤੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੱਲ ਕਹੀ ਹੈ ਕਿ ਸਤੰਬਰ ਤੱਕ ਉਹ ਸਕੂਲ ਕਾਲਜ ਖੋਲ ਦੇਣਗੇ ਲੇਕਿਨ H1 B1 ਵੀਜ਼ਾ ਵਾਂਗ ਹੀ ਵਿਦਿਆਰਥੀਆਂ ਦੇ ਉੱਪਰ ਹੁਣ ਗਾਜ ਡਿੱਗਣ ਵਾਲੀ ਹੈ ਪਉ ਵੇਖ ਜਣਾ ਵਿਦਿਆਰਥੀਆਂ ਦਾ ਹਨੇਰੇ ਚ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਆਨਲਾਈਨ ਪੜ੍ਹਾਈ ਜਿਹੜੀ ਹੈ ਉਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਨੇ ਉਹ ਦੇਸ਼ ਛੱਡ ਕੇ ਜਾ ਸਕਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਚ ਕੀ ਹੋਣਾ ਚਾਹੀਦਾ ਹੈ ਬਿਲਕੁਲ ਅਮਰੀਕਾ ਦੇ ਵਿੱਚ ਜਿਹੜਾ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਲੈ ਕੇ ਕਾਫੀ ਕ੍ਰਿਟੀਸਾਈਜ਼ ਹੋ ਰਿਹਾ ਉੱਥੋਂ ਦੇ ਜਿਹੜੇ ਸਿੱਖਿਆ ਸ਼ਾਸਤਰੀ ਨੇ ਉੱਥੋਂ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਇਹ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦੀ ਅਲੋਚਨਾ ਕੀਤੀ ਹੈ ਕਿਉਂਕਿ ਪਹਿਲਾਂ ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਉਹਨਾਂ ਨੇ ਇਹਦੇ ਵਿੱਚ ਕਾਫੀ ਸੋਧ ਕੀਤੀ ਸੀਗੀ ਜਿਹਦੇ ਵਿੱਚ ਉਹਨਾਂ ਨੇ H1 B1 ਵੀਜ਼ੇ ਤੇ ਦਸੰਬਰ ਤੱਕ ਰੋਕ ਲਾ ਦਿੱਤੀ ਸੀ ਕਰੋਨਾ ਦੇ ਮੱਦੇਨਜ਼ਰ ਹੁਣ 트럼ਪ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਅਮਰੀਕਾ ਦੇ ਵਿੱਚ ਪੜ੍ਹ ਰਹੇ ਨੇ ਉਹ ਜੇ ਆਨਲਾਈਨ ਪੜਾਈ ਕਰ ਰਹੇ ਨੇ ਅਮਰੀਕਾ ਦੇ ਵਿੱਚ ਰਹਿ ਗਏ ਆਨਲਾਈਨ ਪੜਾਈ ਕਰ ਰਹੇ ਤੇ ਉਹਨਾਂ ਨੂੰ ਮੁਲਕ ਛੱਡਣਾ ਪਊਗਾ ਨਾਲ ਦੀ ਨਾਲ ਉਹਨਾਂ ਨੇ ਇੱਕ ਇਹਦੇ ਵਿੱਚ ਆਪਸ਼ਨ ਦਿੱਤੀ ਆ ਕਿ ਜਿਹੜੀ ਵਿਦਿਆਰਥੀ ਇਹਦੇ ਵਿੱਚ ਅੰਮੋ ਸਾਹਮਣੇ ਪੜਾਈ ਕਰ ਸਕਦੇ ਨੇ ਜਿੱਥੇ ਜਿਨ੍ਹਾਂ ਜਿਨ੍ਹਾਂ ਸੂਬਿਆਂ ਦੇ ਵਿੱਚ ਕਲਾਸਾਂ ਲੱਗਦੀਆਂ ਨੇ ਜੇ ਉੱਥੇ ਦਾਖਲਾ ਲੈ ਲੈਂਦੇ ਤਾਂ ਫਿਰ ਉਹਨਾਂ ਨੂੰ ਮੁਲਕ ਨਹੀਂ ਛੱਡਣਾ ਪਊਗਾ ਇੱਕ ਰਿਪੋਰਟ ਕਹਿੰਦੀ ਹੈ ਕਿ ਚੀਨ ਦੇ 4 ਲੱਖ ਤੋਂ ਵੱਧ ਵਿਦਿਆਰਥੀ ਜਿਹੜੇ 17-18 ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਆ ਤੇ ਉਸ ਤੋਂ ਬਾਅਦ ਭਾਰਤ ਜਿਹੜਾ ਆ ਭਾਰਤੀ ਵਿਦਿਆਰਥੀ 2.5 ਲੱਖ ਦੇ ਲਗਭਗ ਭਾਰਤੀ ਵਿਦਿਆਰਥੀ ਆ ਜਿਹੜੇ 17-18 ਦੇ ਵਿੱਚ ਅਮਰੀਕਾ ਪੜ੍ਹਨ ਲਈ ਗਏ ਨੇ ਸੋ ਇਹ ਅਮਰੀਕਾ ਚੀਨ ਤੋਂ ਬਾਅਦ ਦੁਨੀਆ ਦੇ ਵਿੱਚ ਸਭ ਤੋਂ ਵੱਧ ਭਾਰਤ ਦੇ ਵਿਦਿਆਰਥੀ ਆ ਜਿਹੜੇ ਅਮਰੀਕਾ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਜੀ ਸੋ ਜੇ ਇਹ ਹਾਲਤ ਹੁੰਦੀ ਆ ਤੇ ਉਹਨਾਂ ਦਾ ਭਵਿੱਖ ਜਿਹੜਾ ਆ ਧੁੰਦਲਾ ਹੋਣ ਦੀ ਸੰਭਾਵਨਾ ਮ ਬਣ ਜਾਂਦੀਆਂ ਨੇ ਸੋ ਇਸ ਕਰਕੇ ਵਿਦਿਆਰਥੀਆਂ ਨੂੰ ਵਾਧੂ ਮੁਸ਼ਕਲਤ ਕਰਨੀ ਪਊਗੀ ਕਿਉਂਕਿ ਅ ਪੜ੍ਹਾਈ ਦਾ ਲੱਖਾਂ ਕਰੋੜਾ ਰੁਪਈਆ ਦਾ ਖਰਚਾ ਹੈ ਤੇ ਕੋਈ ਵੀ ਵਿਦਿਆਰਥੀ ਅ ਇੱਕ ਵਾਰੀ ਜਿਹੜਾ ਵਿਦੇਸ਼ ਪੜਨ ਗਿਆ ਉਹਦੇ ਵਾਪਸ ਆਉਣ ਦੀ ਸੰਭਾਵਨਾ ਘੱਟ ਹੁੰਦੀ ਆ ਸੋ ਉਹ ਉਹਦੇ ਮੱਦੇਨਜ਼ਰ ਜਿਹੜਾ ਆ ਉਹਨਾਂ ਨੂੰ ਫੈਸਲੇ ਲੈਣੇ ਪੈ ਰਹੇ ਨੇ ਤੇ ਸਿੱਖਿਆ ਸ਼ਾਸਤਰੀ ਤੇ ਜਿਹੜੇ ਸੰਸਦ ਮੈਂਬਰ ਨੇ ਉਹ ਫੈਸਲੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਨੇ ਤੇ ਉਹਨਾਂ ਮੁਤਾਬਕ ਇਹਦਾ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਅਮਰੀਕਾ ਨੂੰ ਹੀ ਅਲਟੀਮੇਟਲੀ ਨੁਕਸਾਨ ਆ ਹੈਗਾ ਜੀ ਬਿਲਕੁਲ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕੋਰੋਨਾ ਨੇ ਇਸ ਵੇਲੇ 29 ਲੱਖ ਤੋਂ ਜ਼ਿਆਦਾ ਮਾਮਲੇ ਉੱਥੇ ਹੋ ਚੁੱਕੇ ਨੇ ਔਰ ਇਸੇ ਕਰਕੇ ਡੋਨਰ ਟਰੰਪ ਹੋਰਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ WHO ਦੇ ਨਾਲ ਨਾਤਾ ਤੋੜਨ ਦੀ ਗੱਲ ਕੀਤੀ ਹੈ ਉਹਨਾਂ ਨੇ ਬਕਾਇਦਾ ਨੋਟਿਸ ਵੀ ਭੇਜ ਦਿੱਤਾ ਹੈ ਸੰਯੁਕਤ ਰਾਸ਼ਟਰ ਨੂੰ ਵੀ ਅਸੀਂ WHO ਦੇ ਨਾਲ ਕੋਈ ਵੀ ਨਾਤਾ ਨਹੀਂ ਰੱਖਣਾ ਕਿਵੇਂ ਦੇਖਦੇ ਹੋ ਜੀ ਬਿਲਕੁਲ 트ੰਪ ਪ੍ਰਸ਼ਾਸਨ ਜਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਹੋਰਾਂ ਦਾ ਇਹ ਸ਼ੁਰੂ ਤੋਂ ਕਹਿਣਾ ਕਹਿੰਦੇ ਆ ਰਹੇ ਨੇ ਕਿ WHO ਜਿਹੜਾ ਆ ਉਹ ਚੀਨ ਪੱਖੀ ਜ਼ਿਆਦਾ ਗੱਲਾਂ ਬਾਤਾਂ ਕਰ ਰਿਹਾ ਉਹ ਚੀਨ ਦਾ ਪੱਖ ਜ਼ਿਆਦਾ ਲੈ ਰਿਹਾ ਤੇ ਉਹ ਲਗਾਤਾਰ ਇਸ ਮਸਲੇ ਤੇ WHO ਤੇ ਚੀਨ ਦੀ ਆਲੋਚਨਾ ਕਰਦੇ ਆ ਰਹੇ ਨੇ ਕੱਲ ਵੀ ਉਹਨਾਂ ਨੇ ਚੀਨ ਦੀ ਆਲੋਚਨਾ ਕੀਤੀ ਹੈ ਕਿ ਚੀਨ ਦੀ وجہ ਦੇ ਨਾਲ ਉਹ ਉਹਨਾਂ ਦੇ ਮੁਲਕ ਦੇ ਵਿੱਚ ਮਤਲਬ ਵੱਡੀ ਪੱਧਰ ਤੇ ਜਾਨੀ ਹਾਨੀ ਹੋਈ ਹੈ 1 ਲੱਖ 30000 ਤੋਂ ਵੱਧ ਜਿਹੜੇ ਲੋਕ ਮਾਰੇ ਗਏ ਨੇ ਦੁਨੀਆ ਭਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਮਾਰੇ ਗਏ ਨੇ ਇਹ ਸਿਰਫ ਚੀਨ ਦੀ وجہ ਨਾਲ ਹੋਇਆ ਤੇ ਚੀਨ ਨੂੰ ਜਿਹੜਾ WHO ਹੈ ਜਿਹੜਾ ਉਹ ਸਪੋਰਟ ਕਰ ਰਿਹਾ ਉਹ ਇਸ ਮਸਲੇ ਤੇ ਅਗਾਉ ਉਹਨੇ ਕੋਈ ਪੁਖਤਾ ਸੂਚਨਾਵਾਂ ਨਹੀਂ ਦਿੱਤੀਆਂ ਸੋ ਇਹਦੀ ਕਰਕੇ ਉਹਨਾਂ ਨੇ ਚੀਨ ਨੇ ਅਮਰੀਕਾ ਨੇ WHO ਬਾਹਰ ਹੋਂ ਦਾ ਫੈਸਲਾ ਲੈ ਲਿਆ ਹੁਣ ਇਹਦਾ ਭਵਿੱਖ ਦੇ ਵਿੱਚ ਕੀ ਅਸਰ ਹੋਊਗਾ ਇਹ ਬਹੁਤ ਅਹਿਮ ਰੱਖਦਾ ਆ ਕਿਉਂਕਿ ਜਿਹੜੀ ਅਮਰੀਕਾ ਨੇ ਪਹਿਲਾਂ WHO ਨੂੰ ਫੰਡਿੰਗ ਬੰਦ ਕੀਤੀ ਸੀ ਤੇ डब्ल्यूएचएन ਜਦੋਂ ਅਮਰੀਕਾ ਨੇ ਫੰਡਿੰਗ ਬੰਦ ਕੀਤੀ ਤੇ ਚੀਨ ਨੇ ਆਪਣੇ ਵੱਲ ਵਾਧੂ ਫੰਡ ਦਿੱਤਾ ਹੁਣ ਇਹਨੂੰ ਲੈ ਕੇ ਕ ਮੰਤਰੀ ਪਦਰ ਤੇ ਜਿਹੜੀ ਸਿਆਸਤ ਆ ਉਹ ਵੱਡੇ ਪੱਧਰ ਤੇ ਚੱਲ ਰਹੀ ਆ ਤੇ ਇਸ ਇਸ ਨੁਕਤੇ ਨੂੰ ਲੈ ਕੇ ਚੀਨ ਜਿਹੜਾ ਆ ਹੁਣ ਅਗਲਾ ਚੀਨ ਦਾ ਰੁਖ ਕੀ ਹੁੰਦਾ ਕੀ ਕਦਮ ਹੁੰਦਾ ਇਹ ਦੇਖਣ ਵਾਲੀ ਗੱਲ ਰਹੂਗੀ ਬਿਲਕੁਲ ਜੀ ਰੋਕ ਕਰਦੀ ਆ ਪੰਜਾਬ ਦੀ ਰਾਜਨੀਤੀ ਵੱਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਥਲ ਪੁਥਲ ਮਚ ਚੁੱਕੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਸਟੈਪ ਨੂੰ ਜੋ ਕਿ ਰਾਜ ਸਭਾ ਮੈਂਬਰ ਸੁਖਦੀਪ ਸਿੰਘ ਢੀਂਸਾ ਹੋਰਾ ਨੇ ਲਿਆ ਹੈ ਉਹਨਾਂ ਨੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਸਿਰਜਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਸ ਗੱਲ ਤੇ ਇਤਰਾਜ਼ ਹੋਇਆ ਹੈ ਔਰ ਉਹਨਾਂ ਨੇ ਇਸ ਨੂੰ ਗੈਰ ਕਾਨੂੰਨੀ ਦੱਸਿਆ ਕਿਵੇਂ ਵੇਖਦੇ ਹੋ ਇਸ ਨੂੰ ਜੀ ਰਿਮਾ ਜੀ ਸ਼੍ਰੋਮਣੀ ਅਕਾਲੀ ਸੁਖਦੀਪ ਸਿੰਘ ਢੀਂਸਾ ਹੋਰੀ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਸਿਗੇ ਔਖੇ ਵੇਲਿਆਂ ਚ ਵੀ ਬਾਦਲ ਪਰਿਵਾਰ ਦੇ ਨਾਲ ਖੜੇ ਰਹੇ ਜਦੋਂ ਵੱਡੇ ਵੱਡੇ ਜਿਹੜੇ ਅਕਾਲੀ ਆਗੂਆ ਪਾਰਟੀ ਚੋਂ ਨਿਕਲਦੇ ਰਹੇ ਤਾਂ ਢੀਂਸਾ ਸਾਹਿਬ ਬਾਦਲ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਹੁਣ ਪਿਛਲੇ ਦੌਰ ਦੇ ਵਿੱਚ ਜਦੋਂ ਤੋਂ ਸੁਖਬੀਰ ਬਾਦਲ ਹੋਰੀਏ ਨੇ ਅਕਾਲੀ ਦਲ ਦੀ ਕਮਾਂਡ ਸੰਭਾਲੀ ਹੋਈ ਹੈ ਤਾਂ ਢੀਂਸਾ ਪਰਿਵਾਰ ਦੀਆਂ ਵੀ ਨਾਰਾਜ਼ਗੀਆਂ ਜਿਹੜੀਆਂ ਨੇ ਉਸ ਪਰਿਵਾਰ ਦੇ ਨਾਲ ਹੋ ਗਈਆਂ ਨੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਆਪਣਾ ਇੱਕ ਪਾਰਟੀ ਬਣਾਉਂਦਾ ਐਲਾਨ ਕਰਤਾ ਹੈ ਪਾਰਟੀ ਅਕਾਲੀ ਦਲ ਦੇ ਵਿੱਚੋਂ ਪਹਿਲਾਂ ਨਿਕਲੇ ਤੇ ਹੁਣ ਇਹਨਾਂ ਨੇ ਪਾਰਟੀ ਬਣਾਈ ਆ ਜਿਹਦਾ ਨਾਮ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਆ ਤੇ ਇਹਦੇ ਤੇ ਲੈ ਕੇ ਅਕਾਲੀ ਦਲ ਨੂੰ ਕਾਫੀ ਇਤਰਾਜ਼ ਨੇ ਵੀ ਸਾਡੀ ਪਾਰਟੀ ਦਾ ਹੀ ਨਾਮ ਰੱਖ ਲਿਆ ਗਿਆ ਤੇ ਸੁਖਵੀਰ ਬਾਦਲ ਨੂੰ ਜਿਹੜਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਉਣ ਦਾ ਇੱਕ ਐਲਾਨ ਕੀਤਾ ਗਿਆ ਤੇ ਨਾਲ ਦੀ ਨਾਲ ਇਹਦੇ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ ਤੇ ਪਾਰਟੀ ਦੇ ਜਿਹੜੇ ਸਪੋਕਸਮੈਨ ਨੇ ਬੁਲਾਰੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਹੁਣ ਉਹਨਾਂ ਨੇ ਨਾਲ ਦੂਜੀ ਆਪਸ਼ਨ ਇਹਦੇ ਵਿੱਚ ਇਹ ਰੱਖ ਲਈ ਹੈ ਵੀ ਜੇ ਰਜਿਸਟ੍ਰੇਸ਼ਨ ਵੇਲੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਆ ਤਾਂ ਉਹ ਇਹ ਪਾਰਟੀ ਦੇ ਨਾਮ ਪਿੱਛੇ ਡੈਮੋਕ੍ਰੈਟਿਕ ਸ਼ਬਦ ਜੋੜ ਲੈਣਗੇ ਤੇ ਨਾਲ ਹੀ ਉਹਨਾਂ ਨੇ ਕੱਲ 15 ਸੁੱਤੀ ਸੂਤਰੀ ਜਿਹੜਾ ਪ੍ਰੋਗਰਾਮ ਹੈ ਉਹ ਦਿੱਤਾ ਹੈ ਵੀ ਜੋ ਪੰਜਾਬੀਆਂ ਦੇ ਭਲੇ ਲਈ ਪੰਜਾਬ ਦੇ ਭਲੇ ਲਈ 15 ਸੂਤਰੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਆਪਣੇ ਏਜੰਡੇ ਦਾ ਖੁਲਾਸਾ ਕੀਤਾ ਇਹਦੇ ਵਿੱਚ ਜਦੋਂ ਕੱਲ ਉਹਨਾਂ ਨੇ ਲੁਧਿਆਣਾ ਦੇ ਵਿੱਚ ਪਾਰਟੀ ਦਾ ਐਲਾਨ ਕੀਤਾ ਤੇ ਉੱਥੇ ਬਲਵੰਤ ਸਿੰਘ ਰਾਮੋ ਵਾਲੀਆ ਮਨਜੀਤ ਸਿੰਘ ਜੀਕੇ ਅ ਰਵੀਂਦਰ ਸਿੰਘ ਇਹ ਸਾਰੇ ਆਗੂ ਉੱਥੇ ਮੌਜੂਦ ਸਿਗੇ ਹੁਣ ਦਿਖਣ ਵਾਲੀ ਗੱਲ ਇਹ ਆ ਕਿ ਇਹ ਪੰਜਾਬ ਦਾ ਭਲਾ ਕਿਵੇਂ ਕਰ ਸਕਦੇ ਨੇ ਜੀ ਜਿਹੜਾ ਭਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਕਰ ਸਕਿਆ ਉਹ ਢੀਂਸਾ ਹੋਰੀ ਕਿਵੇਂ ਕਰ ਸਕਦੇ ਨੇ ਇੰਨੇ ਸਾਲ ਪੰਜਾਬ ਦੀ ਭਲੇ ਦੀ ਇਹਨਾਂ ਨੂੰ ਯਾਦ ਨਹੀਂ ਆਈ ਤੇ ਹੁਣ ਕਿਵੇਂ ਅਚਾਨਕ ਚੇਤੇ ਆ ਗਈ ਆ ਜੀ ਜੀ ਰੰਜਿਸ਼ਾ ਨੇ ਜਾਂ ਪ੍ਰਧਾਨਗੀਆਂ ਨੂੰ ਲੈ ਕੇ ਰੰਜਿਸ਼ਾ ਨੇ ਅਹੁਦੇਦਾਰੀਆਂ ਨੂੰ ਲੈ ਕੇ ਰੰਜਿਸ਼ਾ ਨੇ ਇਹ ਸੱਚੀ ਚ ਪੰਜਾਬ ਦਾ ਕੋਈ ਭਲਾ ਕਰਨਾ ਲੋਚਦੇ ਨੇ ਜੀ ਇਹਨਾਂ ਕੋਲ ਕੋਈ ਪ੍ਰੋਗਰਾਮ ਹੈਗਾ ਆ ਜਿਹਦੇ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਿਹੜਾ ਭਲਾ ਕਰ ਸਕਦੇ ਨੇ ਜਿਹਦੇ ਵਿੱਚ ਸ਼ਾਇਦ ਨਹੀਂ ਹੋ ਪਾਊਗਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਤੇ ਅਲਟੀਮੇਟਲੀ ਫੇਰ ਉਹ ਅਕਾਲੀ ਦਲ ਦੇ ਵਿੱਚ ਹੀ ਸ਼ਾਮਲ ਹੁੰਦੀਆਂ ਰਹੀਆਂ ਨੇ ਚਾਹੇ ਉਹ ਟਕਸਾਲੀ ਨੇ ਤੇ ਚਾਹੇ ਟਕਸਾਲੀਆਂ ਤੋਂ ਪਹਿਲਾਂ ਟਕਸਾਲੀ ਨੇ ਤੇ ਚਾਹੇ ਕੋਈ ਹੋਰ ਨੇ ਸੋ ਇਹ ਇੱਕ ਪੰਜਾਬ ਦਾ ਇੱਕ ਵਰਤਾਰਾ ਰਿਹਾ ਜਿਹਨੂੰ ਕਿਸੇ ਸਮੇਂ ਸਮੇਂ ਤੇ ਪ੍ਰਮੁਖਤਾ ਮਿਲਦੀ ਰਹੀ ਆ ਹਾਂ ਇਹਦੇ ਵਿੱਚ ਇੱਕ ਜਰੂਰ ਸਿਫਤੀ ਤਬਦੀਲੀ ਜਿਹੜੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਪਰਮਿੰਦਰ ਸਿੰਘ ਸਾਹ ਜਿਹੜੇ ਕਿਸੇ ਵੇਲੇ ਸੂਬੇ ਦੇ ਵਿੱਤ ਮੰਤਰੀ ਰਹੇ ਨੇ ਉਹਨਾਂ ਨੂੰ ਕਾਫੀ ਲਿਆਕਤ ਵਾਲੇ ਇੱਕ ਸਿਆਸਤਦਾਨ ਮੰਨਿਆ ਜਾ ਰਿਹਾ ਕਾਫੀ ਤੇਜ਼ ਤਰਾਰ ਸਿਆਸਤਦਾਨ ਨੇ ਮੰਨੇ ਜਾ ਰਿਹਾ ਕਿ ਜੇ ਉਹ ਇਸ ਪਾਰਟੀ ਦੀ ਅਗਵਾਈ ਕਰਦੇ ਨੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਉਹ ਕੋਈ ਇੱਕ ਤੀਜਾ ਬਦਲ ਖੜਾ ਕਰਨ ਦੇ ਵਿੱਚ ਜਾਂ ਅਕਾਲੀ ਦਲ ਨੂੰ ਰਿਪਲੇਸ ਕਰਨ ਦੇ ਵਿੱਚ ਕੋਈ ਇੱਕ ਵੱਡੀ ਮਾਰਕਾ ਮਾਰ ਸਕਦੇ ਨੇ ਪਰ ਜਿਹਦੀਆਂ ਸੰਭਾਵਨਾਵਾਂ ਘੱਟ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਜੀ ਬਿਲਕੁਲ ਜੀ ਇਸ ਦੇ ਨਾਲ ਹੀ ਖਬਰਾਂ ਜਿਹੜੀਆਂ ਨੇ ਹੋਰ ਵੀ ਬਹੁਤ ਜ਼ਿਆਦਾ ਨੇ ਲੇਕਿਨ ਸਮਾਹ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਤੁਸੀਂ ਹੁਣ ਮੈਨੂੰ ਰੀਮਾ ਨੂੰ ਤੇ ਸਾਡੇ ਮਾਹਰ ਮਹਿਮਾਨ ਅਰੁੰਦੀਪੂਰਨ ਨੂੰ ਦਿਓ ਇਜਾਜ਼ਤ ਧੰਨਵਾਦ